ਕਿ ਸਿੰਘਾ ਵਾਸ ਨੋਟ ਫਿਟ ਇਨ ਦਿਸ। ਸਾਡੀ ਹਿੰਦੀ ਦੀ ਗੱਲ ਹੋਈ ਸੀ ਪਰ ਅਸੀਂ ਪੰਜਾਬੀ 'ਤੇ ਆ ਗਏ। ਪੰਜਾਬ ਦੇ ਐਕਟਰਾਂ 'ਚ ਸਭ ਤੋਂ ਵੱਡੀ ਗੱਲ ਹੈ ਟੈਂਟਰਮ ਨਹੀਂ ਹੈ। ਪੰਜਾਬੀ ਫਰੰਟ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਿੰਕੀ ਚੌਧਰੀ ਅਤੇ ਅੱਜ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੀ ਹਾਂ ਕਦੇ ਹਾਂ ਕਦੇ ਨਾ ਦੇ ਡਾਇਰੈਕਟਰ ਸਾਹਿਬ ਨਾਲ, ਯਾਨੀ ਕਿ ਸੁਨੀਲ ਠਾਕੁਰ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਕਿਵੇਂ ਸਰ ਤੁਸੀਂ? ਐਨ ਵਧੀਆ ਜੀ, ਫਸਟ ਕਲਾਸ। ਓਕੇ, ਤੁਹਾਡੀ ਫਿਲਮ ਆ ਰਹੀ ਹੈ, ਕਿੰਨੇ ਐਕਸਾਈਟਿਡ ਹੋ ਕਦੇ ਹਾਂ ਕਦੇ ਨਾ 3 ਦਸੰਬਰ ਨੂੰ ਸਿਨੇਮਾ ਘਰਾਂ 'ਚ? ਦੇਖੋ, ਜਿੰਨਾ ਡਾਇਰੈਕਟਰ ਨੂੰ ਐਕਸਾਈਟਿਡ ਹੋਣਾ ਚਾਹੀਦਾ ਉਨਾ ਤਾਂ ਹੈਗਾ ਹੀ ਹੈ ਜੀ, ਹੋਣੀ ਹੈ, ਉਸ ਤੋਂ ਜ਼ਿਆਦਾ ਹੀ ਹੈ। ਬਿਕੋਜ਼ ਲੋਕਡਾਊਨ 'ਚ ਅਸੀਂ ਘਰ ਬੈਠੇ ਰਹੇ, 1.5 ਸਾਲ ਬਾਅਦ ਅਸੀਂ ਐਕਟੀਵਿਟੀਜ਼ ਕੀਤੀ, ਮੂਵਮੈਂਟ ਸਟਾਰਟ ਹੋਈ, ਸਭ ਵੀ ਆਰ ਸੋ ਐਕਸਾਈਟਡ ਕਿ ਇਹ ਲੋਕਡਾਊਨ ਖਤਮ ਹੋਣ ਤੋਂ ਬਾਅਦ ਫਿਲਮ ਬਣਾਈ ਹੈ ਅਸੀਂ, ਅਤੇ ਇਹਦਾ ਇੱਕ ਅਲੱਗ ਹੀ ਯੂ ਨੋ ਅਹਿਸਾਸ। ਯੈਸ। ਓਕੇ, ਅਤੇ ਤੁਹਾਡੇ ਮਾਇੰਡ ਦੇ ਵਿੱਚ ਇਹ ਆਈਡੀਆ ਜਾਂ ਇੰਸਪੀਰੇਸ਼ਨ ਕਿੱਥੋਂ ਆਈ ਕਿ ਤੁਸੀਂ ਇਹ ਫਿਲਮ ਕਰਨੀ ਹੈ? ਦੇਖੋ, ਕਦੇ ਹਾਂ ਕਦੇ ਨਾ, ਹਾਂ ਨਾ ਤਾਂ ਪੂਰੀ ਲਾਈਫ 'ਚ ਸਾਰਿਆਂ ਨਾਲ ਹੀ ਹੁੰਦੀ ਹੈ ਨਾ, ਹਰ ਕੰਮ ਨੂੰ ਲੈ ਕੇ, ਫਰੈਂਡਸ਼ਿਪ ਨੂੰ ਲੈ ਕੇ, ਫੈਮਿਲੀ ਨੂੰ ਲੈ ਕੇ, ਲਾਈਫ ਨੂੰ ਹੋ ਕੇ, ਲਾਈਫ ਦੇ ਸਕਸੈਸ ਨੂੰ ਲੈ ਕੇ ਹਾਂ ਨਾ ਹੁੰਦੀ 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 ਹੈ, ਅਤੇ ਉਹ ਹਾਂ ਨਾ ਦੇ ਚੱਕਰ 'ਚ ਇਹ ਕਹਾਣੀ, ਇਹ ਪਲੋਟ ਮੇਰੇ ਮਨ 'ਚ ਸੀਗਾ, ਅਤੇ ਫਿਰ ਬਸ ਬਣ ਗਈ ਕਹਾਣੀ ਅਤੇ ਅਸੀਂ ਕਰ ਲਿਆ ਜੀ ਅਪਰੋਚ। ਬਾਕੀ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸਟੋਰੀ ਸੁਣਾਈ ਸੀ ਕਿ ਕਿਵੇਂ ਤੁਸੀਂ ਸਟਰਗਲ ਕੀਤਾ ਹੈ ਕਿ ਇਸ ਫਿਲਮ ਨੂੰ ਲੈ ਕੇ, ਕਿ ਲੋਕਡਾਊਨ ਸੀ ਉਸਦੇ ਬਾਵਜੂਦ ਤੁਸੀਂ ਕੀਤਾ, ਉਹ ਪਲੀਜ਼ ਸ਼ੇਅਰ ਕਰੋ। ਹਾਂਜੀ ਹਾਂਜੀ, ਇਹ ਐਕਚੁਲੀ ਜਦੋਂ ਇਹ ਸਾਡੀ ਪ੍ਰੋਡਿਊਸਰਸ ਨਾਲ ਸਾਡੀ ਹੈਲੋ ਹਾਈ ਹੋਈ, ਦੇ ਵਾਸ ਜਸਟ ਟਾਕਿੰਗ ਅਬਾਊਟ ਨਿਊ ਪ੍ਰੋਜੈਕਟ ਕਿ ਫਿਲਮ ਕਰਨੀ ਹੈ, ਹਿੰਦੀ ਕਰਨੀ ਹੈ, ਪੰਜਾਬੀ ਕਰਨੀ ਹੈ, ਉਹ ਇੱਕ ਪਾਈਪਲਾਈਨ 'ਚ ਸੀਗੀ, ਅਤੇ ਗੱਲਬਾਤ ਕਰਦੇ ਕਰਦੇ ਜਦੋਂ ਤੱਕ ਅਸੀਂ ਸਟਰੋਂਗ ਹੋਏ ਥੋੜ੍ਹਾ ਜਿਹਾ, ਅਤੇ ਉਦੋਂ ਫਿਰ ਲੋਕਡਾਊਨ ਹੋ ਗਿਆ। ਲੋਕਡਾਊਨ 'ਚ ਫਿਰ ਫੋਨ 'ਤੇ ਗੱਲਬਾਤ ਚੱਲਦੀ ਰਹੀ, ਫੋਨ 'ਤੇ ਉਹ ਮੈਨੂੰ ਸਟਰੋਂਗ ਕਰਦੇ ਰਹੇ, ਮੈਂ ਉਹਨਾਂ ਨੂੰ ਕਰਦਾ ਰਿਹਾ, ਜਿੰਨਾ ਕੁ ਉਹਨਾਂ ਦਾ ਮਾਇੰਡ ਸੈੱਟ ਹੋਇਆ ਮੇਰਾ ਹੋਇਆ। ਅਤੇ ਲੋਕਡਾਊਨ ਵਿੱਚ ਮੈਂ ਥੋੜ੍ਹਾ ਜਿਹਾ ਖੁੱਲ੍ਹਦਾ ਸੀਗਾ, ਬਾਹਰ ਨਿਕਲਦੇ ਸੀ, ਜਾਂਦੇ ਸੀ, ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਮਿਲੀਏ, ਮੀਟਿੰਗ ਕਰੀਏ, ਕਿ ਇੱਕ ਫਿਜ਼ੀਕਲ ਮੀਟਿੰਗ ਆਪਾਂ ਜਦ ਕਿਸੇ ਨਾਲ ਕਰਦੇ ਹਾਂ ਫਿਜ਼ੀਕਲੀ ਮੀਟਿੰਗ, ਅਤੇ ਉਹਦਾ ਇੱਕ ਇੰਪੈਕਟ ਲੱਗ ਹੀ ਪੈਂਦਾ, ਬਿਕੋਜ਼ ਹਾਊ ਟੂ ਨਰੇਟ ਮਾਈ ਸਟੋਰੀ, ਵੈਨ ਆਈ ਐਕਸਪਲੇਨ ਮਾਈ ਸਟੋਰੀ ਐਂਡ ਆਈ ਕੈਨ ਸ਼ੋ ਯੂ ਮਾਈ ਐਕਸਪ੍ਰੈਸ਼ਨ, ਯੂ ਵਿਲ ਜਸਟੀਫਾਈ ਕਿ ਹਾਂ ਇੱਦਾਂ ਦਾ ਇੱਕ ਉਹ ਕਰੈਕਟਰ ਹੋਏਗਾ, ਇੱਦਾਂ ਦੇ ਵਿਜ਼ੂਅਲ ਜਿਹੜੇ ਹੈ ਨਾ ਆਪਾਂ ਸਾਹਮਣੇ ਬਹਿ ਕੇ ਬੰਦੇ ਨੂੰ ਐਕਸਪਲੇਨ ਕਰ ਸਕਦੇ। ਫਿਰ 1-2 ਮੀਟਿੰਗ ਇੱਦਾਂ ਹੋ ਗਈਆਂ ਸਾਡੀਆਂ ਧੱਕੇ ਨਾਲ, ਫਿਰ ਲੋਕਡਾਊਨ ਹੋ ਗਿਆ, ਫਿਰ ਨਹੀਂ ਮੀਟਿੰਗ ਹੋ ਰਹੀ ਸੀ। ਫਿਰ ਜਦੋਂ ਲੋਕਡਾਊਨ ਪੂਰਾ ਖੁੱਲ੍ਹਿਆ ਨਾ, ਫਿਰ ਅਸੀਂ ਮੌਕਾ ਨਹੀਂ ਛੱਡਿਆ ਕਿ ਸ਼ੂਟਿੰਗ ਕਰ ਲਓ। ਜਿਵੇਂ ਕਿ ਤੁਸੀਂ ਹੁਣ ਕਹਿ ਰਹੇ ਹੋ ਕਿ ਤੁਸੀਂ ਇੰਨੀ ਮੀਟਿੰਗਸ ਕੀਤੀਆਂ, ਮਤਲਬ ਕਿ ਇੰਨਾ ਕੁਛ ਫੇਸ ਕੀਤਾ ਕੋਵਿਡ ਕਰਕੇ, ਪਰ ਮੈਂ ਜੇ ਗੱਲ ਕਰਾਂ, ਇਹ ਸਟੋਰੀ ਇੱਕ ਕੰਟੈਂਪਰੇਰੀ ਸਟੋਰੀ ਹੈ, ਅਤੇ ਤੁਸੀਂ ਪ੍ਰੋਡਿਊਸਰਸ ਨੂੰ ਕਿਵੇਂ ਕਨਵਿੰਸ ਕੀਤਾ ਕਿ ਇਹ ਕੰਟੈਂਪਰੇਰੀ ਸਟੋਰੀ ਕੀਤੀ ਜਾਵੇ? ਐਕਚੁਲੀ ਸਾਡੇ ਪ੍ਰੋਡਿਊਸਰਸ ਨੇ ਪ੍ਰੇਰਨਾ ਸ਼ਰਮਾ ਜੀ ਅਤੇ ਰੋਹਿਤ ਬਖਸ਼ੀ ਅਤੇ ਇੱਕ ਯੋਸ਼ੀਆ ਕਾਤੋ ਨੇ, ਹੀਜ਼ ਇਨ ਜਪਾਨੋ, ਉਹ ਨਹੀਂ ਆ ਪਾਏ। ਫੋਨ 'ਤੇ ਜਿੰਨੀ ਹੋਈ ਹੈ ਸਾਡੀ, ਉਹਨਾਂ ਨਾਲ ਗੱਲਬਾਤ ਹੋਈ ਹੈ, ਅਤੇ ਰੋਹਿਤ ਬਖਸ਼ੀ ਜੀ ਨੇ, ਹੀ ਹੈਵ ਵੈਰੀ ਗੁੱਡ ਸੈਂਸ ਅਬਾਊਟ ਕੋਮੇਡੀ, ਅਤੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਮੇਰੇ ਤੋਂ ਵੀ ਜ਼ਿਆਦਾ ਉਹਨਾਂ ਨੂੰ ਕੋਮੇਡੀ ਦੀ, ਪੰਚਿਸ ਦੀ, ਈਵਨ ਪੰਜਾਬ ਦੇ ਕਰੈਕਟਰਸ ਵੀ ਜਿਹੜੇ ਹੈ ਨਾ, ਜਿਹੜੇ BNG ਭੱਲਾ ਜੀ ਅਤੇ ਆਪਣਾ ਹੋਰ ਵੀ ਜਿੰਨੇ ਕਰਮਜੀਤ ਅਰਮੋਲ ਹੈ ਜਾਂ ਸੰਘ ਹੈ, ਇਹ ਸਾਰਿਆਂ ਬਾਰੇ ਇਹਨਾਂ ਨੂੰ ਪੂਰਾ ਪਤਾ, ਇਹਨਾਂ ਦੇ ਨਾਮ ਨਹੀਂ ਪਤਾ ਫਿਰ ਵੀ ਉਹਨਾਂ ਨੂੰ, ਪਰ ਇਹਨਾਂ ਦੇ ਕਰੈਕਟਰਸ ਫਿਲਮਾਂ 'ਚ ਕੀਤੇ ਹੋਏ, ਉਹਨਾਂ ਦੇ ਡਾਇਲੋਗਸ, ਉਹਨਾਂ ਦੀ ਟਾਈਮਿੰਗ, ਸਾਰਿਆਂ ਦੀ ਨੌਲੇਜ ਰੋਹਿਤ ਜੀ ਨੂੰ ਸੀਗੀ, ਅਤੇ ਇੱਕ ਇਹ ਰੋਮਕੋਮ ਸੀਗਾ, ਉਹਨਾਂ ਨੂੰ ਮੈਨੇ ਨਰੇਟ ਕੀਤਾ, ਇਮੀਡੀਏਟਲੀ ਹੀ ਅੰਡਰਸਟੈਂਡ ਕਿ ਯਾਰ ਆਹ ਫਿਲਮ ਕਰਨੀ ਚਾਹੀਦੀ ਹੈ। ਔਰ ਸਾਡੇ ਪ੍ਰੋਡਿਊਸਰ ਨੇ ਪ੍ਰੇਰਨਾ ਸ਼ਰਮਾ ਜੀ, ਅਤੇ ਉਹ ਤਾਂ ਮਤਲਬ ਉਹਨਾਂ ਦਾ ਜਿਹੜਾ ਲਾਫਟਰ ਹੈ, ਉਹ ਮਤਲਬ ਫਨੀ ਮੂਮੈਂਟ ਨੂੰ ਇੰਨਾ ਇੰਜੋਏ ਕਰਦੇ ਆ, ਉਹ ਜਦੋਂ ਹੱਸਦੇ ਨੇ ਉਹ ਬੜਾ ਨੈਚੁਰਲ ਹੱਸਦੇ ਨੇ, ਅਤੇ ਮਤਲਬ ਛੋਟੀ ਗੱਲ 'ਤੇ ਵੀ ਉਹਨਾਂ ਨੂੰ ਵੱਡਾ ਹਾਸਾ ਆਉਂਦਾ, ਕਿ ਮੈਨੂੰ ਨਹੀਂ ਆਉਂਦਾ ਐਕਚੁਲੀ, ਅਤੇ ਮੈਂ ਨਹੀਂ ਜਲਦੀ ਜਲਦੀ ਕੋਈ ਕੋਮੇਡੀ ਕੋਈ ਗੱਲ ਕਰਦਾ ਅਤੇ ਮੈਂ ਜਲਦੀ ਰਿਐਕਟ ਨਹੀਂ ਕਰ ਪਾਉਂਦਾ, ਮੈਂ ਉਹਨੂੰ ਟੈਕਨੀਕਲ ਵੇ ਨਾਲ ਲੈ ਲੈਣਾ ਐਜ਼ ਏ ਡਾਇਰੈਕਟਰ, ਅਤੇ ਮੈਨੂੰ ਜਲਦੀ ਹੱਸੀ ਨਹੀਂ ਆਉਂਦੀ, ਉਹ ਤਾਂ ਮਿੰਟ 'ਚ ਹੱਸ ਪੈਂਦੇ ਆ। ਔਰ ਰੋਹਿਤ ਜੀ ਵੀ ਇੱਦਾਂ ਦੇ ਨੇ, ਅਤੇ ਫਨੀ ਮੂਮੈਂਟ ਹੋਣ ਕਰਕੇ, ਫਨੀ ਫਿਲਮ ਹੋਣ ਕਰਕੇ ਇਹਨਾਂ ਨੂੰ ਜਲਦੀ ਮੇਰੀ ਸਟੋਰੀ ਸਮਝ ਆ ਗਈ, ਅਤੇ ਉਹਨਾਂ ਨੇ ਕਿਹਾ ਕਿ ਫਿਲਮ ਕਰਨੀ ਹੈ ਤਾਂ ਇਹੀ ਕਰਨੀ ਹੈ, ਨਹੀਂ ਤਾਂ ਨਹੀਂ ਕਰਨੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹਿੰਦੀ ਫਿਲਮ ਦਾ ਕੈਂਸਲ ਕੀਤਾ, ਸਾਡੀ ਹਿੰਦੀ ਦੀ ਗੱਲ ਹੋਈ ਸੀ ਪਰ ਅਸੀਂ ਪੰਜਾਬੀ 'ਤੇ ਆ ਗਏ, ਕਿ ਉਹ ਵੀ ਪੰਜਾਬੀ ਨੇ,
ਅਤੇ ਪੰਜਾਬੀਆਂ ਨੂੰ ਹਾਸਾ ਜਲਦੀ ਡਾਈਜੈਸਟ ਹੁੰਦਾ ਅਤੇ ਉਹ ਜਲਦੀ ਸੈਟਿਸਫਾਈਡ ਹੋ ਗਏ ਕਿ ਹਾਂ ਪੰਜਾਬੀ ਪਿਕਚਰ ਕਰਦੇ ਹਾਂ। ਫਿਰ ਇਹੀ ਸੀਗਾ ਕਿ ਕਿਹਦੇ ਨਾਲ ਕਰਨੀ ਹੈ, ਦੈਟ ਵਾਸ ਕੁਐਸਚਨ। ਕਿ ਤੁਸੀਂ ਹੁਣ ਮੈਰਿਜ ਪੈਲੇਸ ਦੀ ਗੱਲ ਕੀਤੀ ਹੈ ਅਤੇ ਮੈਂ ਉਹੀ ਗੱਲ ਕਰਾਂਗੀ ਕਿ ਉਹਦੇ ਵਿੱਚ ਪਹਿਲਾਂ ਆਲਰੇਡੀ ਨਿਰਮਲ ਰਿਸ਼ੀ ਮੈਮ, ਬੀ ਐਨ ਸ਼ਰਮਾ ਜੀ, ਸੁਮਿਤ ਗੁਲਾਟੀ, ਇਹ ਸਾਰੀ ਟੀਮ ਤੁਹਾਡੀ ਆਲਰੇਡੀ ਉਹਨਾਂ ਨਾਲ ਤੁਸੀਂ ਕੰਮ ਕਰ ਚੁੱਕੇ ਅਤੇ ਇਹ ਫਿਲਮ ਦੇ ਵਿੱਚ ਵੀ ਸੇਮ ਜਿਹੜੇ ਹੈਗੇ ਕਰੈਕਟਰ ਹੈਗੇ ਹੈ, ਇਹ ਸਟੋਰੀ ਦੇ ਅਕੋਰਡਿੰਗ ਐਪਰੋਪ੍ਰੀਏਟ ਸੀ ਕਿ ਤੁਹਾਡਾ ਪਿਆਰ ਸੀ ਕਿ ਤੁਸੀਂ ਉਹਨਾਂ ਨਾਲ ਹੀ ਕੰਮ ਕਰਨਾ ਸੀ? ਨਹੀਂ ਦੇਖੋ, ਇੱਕ ਕੰਫਰਟ ਤਾਂ ਹੁੰਦਾ ਡੈਫੀਨੇਟਲੀ ਹੈ ਆਰਟਿਸਟ ਦੇ ਨਾਲ ਸਾਰਿਆਂ ਨਾਲ, ਅਤੇ ਵੈਸੇ ਤਾਂ ਮੇਰਾ ਪੰਜਾਬ 'ਚ ਸਾਰਿਆਂ ਨਾਲ ਹੀ ਕੰਫਰਟ ਹੈ, ਬਿਕੋਜ਼ ਮੈਂ ਕਾਫੀ ਟਾਈਮ ਤੋਂ ਪੰਜਾਬੀ ਇੰਡਸਟਰੀ 'ਚ ਮੈਂ ਬੰਬੇ ਤੋਂ ਆਉਂਦਾ ਜਾਂਦਾ ਰਹਿੰਦਾ ਅਤੇ ਸਾਰਿਆਂ ਨਾਲ ਮੇਰੀ ਆਲਰੇਡੀ ਕਮਿਸਟਰੀ ਹੈਗੀ ਆ ਜਿਹੜੀ ਐਜ਼ ਏ ਪਰਸਨ ਹੁੰਦੀ ਹੈ। ਅਤੇ ਪਹਿਲਾਂ ਸੀਗੀ ਪੁਰਾਣੀ ਟਿਊਨਿੰਗ ਸੀਗੀ, ਜਦੋਂ ਕੰਮ ਕਰਦੇ ਹਾਂ ਦੇ ਆਰ ਵੈਰੀ ਪ੍ਰੋਫੈਸ਼ਨਲ, ਉਹ ਸੈੱਟ 'ਤੇ ਫਨ ਕਰਦੇ ਆ, ਇੰਜੋਏ ਕਰਦੇ ਆ। ਪੰਜਾਬ ਦਾ ਕੋਈ ਵੀ ਐਕਟਰ ਲੈ ਲਓ ਜੀ, ਪੰਜਾਬ ਦੇ ਐਕਟਰਾਂ 'ਚ ਸਭ ਤੋਂ ਵੱਡੀ ਗੱਲ ਹੈ ਟੈਂਟਰਮ ਨਹੀਂ ਹੈ, ਉਹ ਫਨ ਫਿਲਮਾਂ ਜ਼ਿਆਦਾ ਬਣਦੀਆਂ ਪੰਜਾਬ 'ਚ, ਉਹ ਹਾਸੀ ਮਜ਼ਾਕ ਨਾਲ ਹੀ ਸੈੱਟ 'ਤੇ ਰਹਿੰਦੇ ਆ ਅਤੇ ਹਾਸੀ ਮਜ਼ਾਕ 'ਚ ਕਰਦੇ ਕਰਦੇ ਫਨ ਮੂਮੈਂਟਸ ਦੇ ਅੰਦਰ ਹੀ ਆਪਾਂ ਸਾਰੀ ਫਿਲਮ ਕੰਪਲੀਟ। ਬਿਲਕੁਲ ਜੀ। ਓਕੇ, ਤੁਹਾਡੇ ਮਾਇੰਡ ਦੇ ਵਿੱਚ ਐਜ਼ ਅ ਡਾਇਰੈਕਟਰ ਕਿਵੇਂ ਆਇਆ ਕਿ ਜਿਵੇਂ ਸਿੰਘਾਂ ਦੀ ਜਿਹੜੀ ਲੁਕਸ ਹੈ ਕਿ ਉਹੀ ਐਪਰੋਪ੍ਰੀਏਟ ਹੋਣਗੇ ਇਸ ਸਟੋਰੀ ਦੇ ਲਈ? ਨਹੀਂ, ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜ਼ਰੂਰ ਕਿ ਸਿੰਘਾ ਵਾਸ ਨੋਟ ਫਿਟ ਇਨ ਦਿਸ ਫਿਲਮ। ਅਸੀਂ ਸਿੰਘਾ ਕੋਲ ਗਏ ਨਹੀਂ ਸੀ ਇਹ ਫਿਲਮ ਲਈ, ਪ੍ਰੋਡਿਊਸਰਸ ਨਾਲ ਮੈਂ ਇਹ ਕਮਿਟਡ ਸੀਗਾ ਅਤੇ ਮੈਨੂੰ ਲੱਗਿਆ ਕਿ ਲੈਟਸ ਮੀਟ ਟੂ ਸਿੰਘਾ ਫੋਰ ਅਦਰ ਪ੍ਰੋਜੈਕਟ। ਅਸੀਂ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸੀ, ਐਕਸ਼ਨ ਫਿਲਮ ਸੀ ਅਤੇ ਸਿੰਘਾ। ਹਾਂਜੀ, ਤਾਂ ਹੀ ਮੈਂ ਗੱਲ ਕੀਤੀ ਕਿਉਂਕਿ ਉਹਨਾਂ ਦੀ ਲੁਕਸ ਜਿਹੜੀ ਹੈਗੀ ਉਹ ਐਕਸ਼ਨ ਹੀਰੋ ਵਾਲੀ ਅਤੇ ਤੁਸੀਂ ਚੋਕਲੇਟੀ ਬਾਏ ਦੇ ਵਿੱਚ ਉਹਨਾਂ ਨੂੰ ਕਨਵਰਟ। ਅਸੀਂ ਵੀ ਪ੍ਰਿਪੇਅਰ ਹੋ ਕੇ ਗਏ ਸੀ, ਸਾਨੂੰ ਵੀ ਸਾਰਿਆਂ ਨੇ ਕਿਹਾ ਸਿੰਘਾ ਇਜ਼ ਲਾਈਕ ਦੈਟ, ਯੂ ਨੋ ਯੂ ਹੈਵ ਟੂ ਪਿਚ ਦੈਟ ਕਾਇੰਡ ਆਫ ਫਿਲਮ। ਸੋ ਅਸੀਂ ਵੀ ਉੱਦਾਂ ਹੀ ਪ੍ਰਿਪੇਅਰ ਹੋ ਕੇ, ਉੱਦਾਂ ਹੀ ਮਾਇੰਡ ਸੈੱਟ ਕਰਕੇ ਅਤੇ ਅਸੀਂ ਸਿੰਘੇ ਕੋਲ ਗਏ ਸੀ ਇੱਕ ਸਟੋਰੀ ਲੈ ਕੇ ਕਿ ਡੈਫੀਨੇਟਲੀ ਸਿੰਘਾਂ ਨੂੰ ਸੂਟ ਕਰੇਗੀ। ਤਾਂ ਜਦੋਂ ਅਸੀਂ ਸਿੰਘੇ ਕੋਲ ਗਏ ਅਤੇ ਉਹਦੇ ਨਾਲ ਮਿਲੇ, ਅਸੀਂ ਕੌਫੀ ਕੁਫੀ ਪੀ ਰਹੇ ਸੀ ਅਤੇ ਕੁਝ ਹਾਸੀ ਮਜ਼ਾਕ ਦੀ ਗੱਲ ਹੁੰਦੀ ਸੀਗੀ ਛੋਟੀ ਜਿਹੀ। ਮੈਂ ਬੜੇ ਮਨਾ ਛੋਟੇ ਜਿਹੇ ਫਨੀ ਜਿਹੀ ਗੱਲਾਂ ਕਰਦਾ ਮੈਂ ਕਈ ਕਦੀ ਕਦੀ, ਬਟ ਮੈਨੂੰ ਲੱਗਦਾ ਕਿਸੇ ਨੂੰ ਉਸ 'ਤੇ ਹਾਸੀ ਵੀ ਨਹੀਂ ਆਉਂਦੀ, ਬਟ ਉਹ ਬੰਦਾ ਉਹ ਛੋਟੀ ਮੂਮੈਂਟ ਨੂੰ ਜਿਸ 'ਤੇ ਛੋਟਾ ਲੈਫਟਰ ਆਉਣਾ ਚਾਹੀਦਾ ਉੱਤੇ ਵੀ ਹੀ ਵਾਜ਼ ਇੰਜੋਇੰਗ ਅਲੋਟ। ਜਿਵੇਂ ਕਿ ਇਸ ਫਿਲਮ ਦੇ ਵਿੱਚ ਤੁਸੀਂ ਲਿੱਤਾ ਹੈ ਜਿਹੜੇ ਆਪਣੇ ਲੀਡ ਰੋਲ ਨੇ ਸਿੰਘਾਂ ਨੂੰ, ਅਤੇ ਇਹਨਾਂ ਦੇ ਜਿਹੜੇ ਲੀਡ ਰੋਲ ਦੇ ਵਿੱਚ ਫੀਮੇਲ ਆਰਟਿਸਟ ਨੇ ਉਹ ਬਤੌਰ ਮਾਡਲਿੰਗ ਹੀ ਅੱਜ ਤੱਕ ਉਹਨਾਂ ਨੇ ਕੰਮ ਕੀਤਾ ਹੈ, ਸੰਜਨਾ ਸਿੰਘ ਜੀ, ਤੁਹਾਨੂੰ ਕਿਵੇਂ ਲੱਗੇ ਕਿ ਇਹ ਦੋਨਾਂ ਦੀ ਹੀ ਮਤਲਬ ਕਿ ਤੁਸੀਂ ਜੋੜੀ ਹੈ ਜਿਹੜੀ ਹੈ ਤੁਸੀਂ ਕੈਮਿਸਟਰੀ ਦਿਖਾਉਣੀ ਹੈ ਸਕਰੀਨ 'ਤੇ? ਦੇਖੋ, ਸੰਜਨਾ ਸਭ ਤੋਂ ਪਹਿਲਾਂ ਉਹ ਮਾਡਲ ਨਹੀਂ ਹੈ, ਸ਼ੀ ਇਜ਼ ਅ ਕੰਪਲੀਟ ਐਕਟਰੈਸ। ਉਹ ਐਕਟਰੈਸ ਟ੍ਰੇਨਡ ਹੋ ਕੇ ਬੰਬੇ ਕਰ ਰਹੀ ਹੈ ਕੰਮ। ਇਹ ਸਟਾਰਟਿੰਗ 'ਚ ਬੰਦੇ ਨੂੰ ਐਜ਼ ਸੌਂਗਸ 'ਚ ਜਾਂ ਟੀ ਵੀ ਕਮਰਸ਼ਲ 'ਚ, ਮਤਲਬ ਜਿਵੇਂ ਵੀ ਐਜ਼ ਅ ਮਾਡਲ ਮਿਲਦਾ ਬੰਦਾ ਉੱਥੇ ਤੋਂ ਹੀ ਸ਼ੁਰੂਆਤ ਕਰਦਾ। ਸੰਜਨਾ ਇਜ਼ ਲਾਈਕ ਦੈਟ, ਓਕੇ। ਅਦਰਵਾਈਜ਼ ਸ਼ੀ ਇਜ਼ ਅ ਵੈਰੀ ਗੁੱਡ ਐਕਟਰੈਸ। ਦੂਜਾ ਸੀਗਾ ਕਿ ਸੰਜਨਾ ਐਕਟਿੰਗ ਕਿੱਦਾਂ ਕਰਦੀ ਹੈ। ਸੰਜਨਾ ਨੇ ਬਹੁਤ ਐਫਰਟ ਕੀਤਾ, ਸਾਨੂੰ ਅੱਛੇ ਅੱਛੇ ਵੀਡੀਓਜ਼ ਬਣਾ ਕੇ ਸਾਡੇ ਸੀਨ ਸਿਚੁਏਸ਼ਨਸ ਦੇ ਅਕੋਰਡਿੰਗ ਆਪਣੇ ਕਰੈਕਟਰ 'ਤੇ ਬਣਾ ਕੇ ਉਹਨੇ ਵੀਡੀਓਜ਼ ਭੇਜੇ, ਸਾਨੂੰ ਜਸਟੀਫਾਈ ਕਰਾਇਆ ਕਿ ਸ਼ੀ ਕੈਨ ਐਕਟ ਕਦੇ ਨਾ। ਓਕੇ, ਪੰਜਾਬੀ ਫਿਲਮਾਂ ਦੇ ਵਿੱਚ ਹੁਣ ਮੈਂ ਵੇਖਿਆ ਵਾ ਜਿੰਨੀ ਵੀ ਫਿਲਮਾਂ ਦੇਖੀਆਂ ਉਹਦੇ ਵਿੱਚ ਡਾਇਰੈਕਟਰ ਅਤੇ ਪ੍ਰੋਡਿਊਸਰ ਖੁਦ ਰੋਲ ਕਰ ਰਹੇ ਫਿਲਮ ਦੇ ਵਿੱਚ, ਜੇ ਤੁਹਾਡਾ ਕੁਝ ਹੈਗਾ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸੋ ਤੁਸੀਂ। ਨਹੀਂ, ਮੈਂ ਫਿਲਮ ਦੇ ਅੰਦਰ ਮੇਰਾ ਕੋਈ ਕਰੈਕਟਰ ਨਹੀਂ ਹੈ, ਬਟ ਇੱਕ ਛੋਟਾ ਜਿਹਾ ਕੈਮੀਓ ਮੈਨੇ ਜ਼ਰੂਰ ਕੀਤਾ ਫਿਲਮ 'ਚ, ਅਤੇ ਜੋ ਮੈਂ ਐਜ਼ ਏ ਡਾਇਰੈਕਟਰ ਹੈ ਫਿਲਮ 'ਚ, ਮੇਰਾ ਜੋ ਪ੍ਰੋਫਾਈਲ ਹੈ ਅਤੇ ਉਹ ਡੈਜ਼ੀਨੇਸ਼ਨ ਦੇ ਹਿਸਾਬ ਨਾਲ, ਜਿਵੇਂ ਫਿਲਮ 'ਚ ਇੱਕ ਰੋਲ ਸੀਗਾ ਅਤੇ ਮੈਂ ਕਰ ਲਿਆ ਸੀਗਾ ਉਹ ਰੋਲ, ਉਹ ਮੈਂ ਕੀਤਾ ਜੀ। ਵਾਹ, ਕੀ ਗੱਲ ਹੈ, ਮਤਲਬ ਫਿਲਮ ਦੇ ਵਿੱਚ ਵੀ ਡਾਇਰੈਕਟਰ ਦਾ ਰੋਲ ਕਰ ਗਏ ਅਤੇ ਰੀਅਲ ਲਾਈਫ 'ਚ ਵੀ ਡਾਇਰੈਕਟਰ ਦਾ ਰੋਲ? ਜੀ, ਠੀਕ ਹੈ ਫਿਰ। ਡਾਇਰੈਕਟਰ ਵੈਸੇ ਕੈਮਰੇ ਦੇ ਪਿੱਛੇ ਦਾ ਸਾਡਾ ਕੰਮ ਹੈ ਐਕਚੁਅਲੀ, ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਡਾਇਰੈਕਟਰ ਕੌਣ ਹੈ, ਕਿੱਦਾਂ ਦਾ ਹੈ, ਕਿੱਦਾਂ ਦਾ ਦਿਖਦਾ ਹੋਏਗਾ। ਮੈਨੂੰ ਫਾਇਦਾ ਹੋ ਗਿਆ ਨਾ ਇਸ ਚੀਜ਼ ਦਾ ਜੀ, ਮਤਲਬ ਤੁਸੀਂ ਕਰ ਗਏ, ਆਪਣੀ ਬਾਜੀ ਮਾਰ ਗਏ ਤੁਸੀਂ। ਹਾਂ, ਬਸ ਮੌਕੇ 'ਤੇ ਚੌਕਾ ਮਾਰਤਾ ਜੀ। ਓਕੇ, ਇਨ ਦਾ ਐਂਡ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਅਤੇ ਕਿੰਨੀ ਕੁ ਐਕਸਾਈਟਮੈਂਟ ਹੈ ਇਸ ਫਿਲਮ ਨੂੰ ਲੈ ਕੇ? ਅਸੀਂ ਤਾਂ ਦੇਖੋ ਮਿਹਨਤ ਕਰਨੀ ਸੀਗੀ, ਪਰਫੋਰਮੈਂਸ ਹੈਗੀ ਹੈ, ਕਹਾਣੀ ਹੈਗੀ, ਡਰਾਮਾ ਹੈਗਾ, ਸੱਚ ਵੀ ਹੈ, ਝੂਠ ਵੀ ਹੈ, ਸਹੀ ਗਲਤ ਸਾਰਾ ਕੁਛ ਹੈ, ਮੈਸੇਜ ਵੀ ਅਸੀਂ ਦਿੱਤਾ, ਔਰ ਪਲੀਜ਼ ਪਹੁੰਚੋ ਥੀਏਟਰਾਂ 'ਚ ਅਤੇ ਫਿਲਮ ਨੂੰ ਸਾਡੀ ਹਿੱਟ ਕਰਾਓ। ਥੈਂਕ ਯੂ ਸੋ ਮੱਚ।